ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਵਿਆਹ ਦੇ 4 ਦਿਨਾਂ ਬਾਅਦ ਲਾੜੀ ਦੀ ਮਿਲੀ ਇਸ ਹਾਲਤ ਵਿੱਚ লাশ ਪੁਲਿਸ ਨੇ ਫੌਰਨ ਕੀਤਾ ਇਹ ਕੰਮ ਜਦੋਂ ਕਿਸੇ ਮੁੰਡੇ ਕੁੜੀ ਦਾ ਵਿਆਹ ਰੱਖਿਆ ਹੁੰਦਾ ਤਾਂ ਉਸਦੇ ਪਰਿਵਾਰਕ ਮੈਂਬਰਾਂ ਨੂੰ ਹਰੇਕ ਬੁਰੀ ਚੀਜ਼ ਤੋਂ ਦੂਰ ਰੱਖਦੇ ਹਨ ਤਾਂ ਜੋ ਲਾੜਾ ਲਾੜੀ ਕਿਸੇ ਦੀ ਬੁਰੀ ਨਜ਼ਰ ਨਾ ਲੱਗੇ ਪਰ ਵਿਆਹ ਦੇ ਵਾਲੇ ਪਰਿਵਾਰ ਨੂੰ ਇੱਕ ਅਜਿਹੀ ਬੁਰੀ ਨਜ਼ਰ ਲੱਗੀ ਕਿ ਵਿਆਹ ਦੇ 4 ਦਿਨਾਂ ਬਾਅਦ ਲਾੜੀ ਦੀ ਲਾਸ਼ ਇੱਕ ਸੂਟਕੇਸ ਦੇ ਵਿੱਚੋਂ ਮਿਲੀ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਜਿੱਥੇ ਬ੍ਰਿਟੇਨ ਦੇ ਵਿੱਚ ਵਿਆਹ ਦੇ 4 ਦਿਨ ਪਹਿਲਾਂ ਇੱਕ ਲਾੜੀ ਦੀ ਲਾਸ਼ ਉਸ ਦੇ ਹੀ ਇੱਕ ਸੂਟਕੇਸ ਦੇ ਵਿੱਚੋਂ ਮਿਲੀ ਜਦੋਂ ਇਸ ਬਾਰੇ ਲੋਕਾਂ ਦੇ ਵਿੱਚ ਖਬਰ ਫੈਲੀ ਤਾਂ ਚਾਰੇ ਪਾਸੇ ਹੜ ਕੰਪ ਮਚ ਗਿਆ ਇਸ ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਪੁਲਿਸ ਵੀ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ ਸ਼ੱਕ ਦੇ ਆਧਾਰ ਤੇ ਪੁਲਿਸ ਵੱਲੋਂ ਇਸ ਲਾੜੀ ਦੇ પતિ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਿਲੀ ਜਾਣਕਾਰੀ ਦੇ ਮੁਤਾਬਕ ਪਤਾ ਚੱਲਿਆ ਕਿ ਲਾੜੀ ਜਿਸ ਦੀ ਉਮਰ ਤਕਰੀਬਨ 52 ਸਾਲ ਦੱਸੀ ਜਾ ਰਹੀ ਹੈ ਜਿਸ ਦਾ ਨਾਮ ਡਾਉਣ ਵਾਕਰ ਹੈ ਤੇ ਉਸ ਦੀ 45 ਸਾਲਾਂ ਥੋਮਸ ਦੇ ਨਾਲ 4 ਦਿਨ ਪਹਿਲਾਂ ਵਿਆਹ ਹੋਇਆ ਸੀ ਵਿਆਹ ਤੋਂ ਪੂਰੇ 4 ਦਿਨ ਬਾਅਦ ਇਸ ਔਰਤ ਦੀ ਲਾਸ਼ ਸੂਟਕੇਸ ਦੇ ਵਿੱਚੋਂ ਬਰਾਮਦ ਹੋਈ ਹੈ ਜਿਸ ਦੇ ਚੱਲਦੇ ਇਲਾਕੇ ਦੇ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਫੈਲ ਗਿਆ ਪੁਲਿਸ ਦੇ ਵੱਲੋਂ ਕੀਤੀ ਗਈ ਜਾਂਚ ਮੁਤਾਬਕ ਕਥਿਤ ਤੌਰ ਤੇ ਇਸ ਔਰਤ ਦਾ ਗੱਲਾ ਘੁੱਟ ਕੇ ਕਤਲ ਕੀਤਾ ਗਿਆ ਵਿਆਹ ਵਿੱਚ ਆਏ ਮਹਿਮਾਨਾਂ ਨੇ ਦੱਸਿਆ ਕਿ ਵਾਕਰ ਦੇ ਪਹਿਲਾਂ ਤੋਂ ਦੋ ਬੱਚੇ ਹਨ ਇਹ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਜਿਸ ਤੇ ਚੱਲਦੇ ਇਹਨਾਂ ਵੱਲੋਂ ਵਿਆਹ ਕਰਵਾ ਲਿਆ ਗਿਆ ਪਰ ਵਿਆਹ ਦੇ 4 ਦਿਨਾਂ ਬਾਅਦ ਇੰਜ ਇਸ ਤਰ੍ਹਾਂ ਲਾੜੀ ਦੀ লাশ ਸੂਟਕੇਸ ਦੇ ਵਿੱਚ ਮਿਲਣਾ ਬੇਹੱਦ ਹੀ ਮੰਦ ਭਾਗਾ ਤੇ ਦੁੱਖ ਦਾ ਹੀ ਹਾਦਸਾ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਔਰਤ ਦੇ ਪਤੀ ਨੂੰ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕਰਕੇ ਇਸ ਮਾਮਲੇ ਦੇ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਲਾੜੀ ਜਿਸ ਦਾ ਨਾਮ ਡਾਉਣ ਵਾਕਰ ਹੈ ਉਮਰ 52 ਸਾਲ ਆ ਤੇ ਲਾੜੇ ਦਾ ਨਾਮ ਥਾਮਸ ਆ ਤੇ ਉਸ ਦੀ ਉਮਰ 45 ਸਾਲ ਆ ਦੋਸਤੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਸੈਕਸ਼ਨ ਚ ਰੱਖ ਸਕਦੇ ਹੋ ਧੰਨਵਾਦ